ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹਾਂ ਸਾਂਝਾ ਮੋਰਚਾ ਜੀਰਾ ਪਿੰਡ ਮਨਸੂਰਵਾਲ ਕਲਾ ਜਿੱਥੇ ਕਿ ਮਾਰਲਬਰੋਸ ਫੈਕਟਰੀ ਸ਼ਰਾਬ ਫੈਕਟਰੀ ਕੋ ਲੱਗੀ ਹੋਈ ਪਿਛਲੇ ਲੰਮੇ ਸਮੇਂ ਤੋਂ 6 ਮਹੀਨੇ ਤੋਂ ਉੱਪਰ ਜਿਹੜਾ ਸਮਾਂ ਹੋ ਗਿਆ ਇੱਥੇ ਜਿਹੜਾ ਸਾਂਝਾ ਮੋਰਚਾ ਜੀਰਾ ਔਰ ਵੱਖ-ਵੱਖ ਸਾਨ ਮਜ਼ਦੂਰ ਕਿਰਤੀ ਜਥੇਬੰਦੀਆਂ ਵੱਲੋਂ ਜਿਹੜਾ ਇੱਥੇ ਮੋਰਚਾ ਸੰਘਰਸ਼ ਕੀਤਾ ਜਾ ਰਿਹਾ ਤੋ ਸਾਡੇ ਨਾਲ ਸਾਂਝਾ ਮੋਰਚਾ ਜੀਰੇ ਤੋਂ ਜਿਹੜਾ ਕਮੇਟੀ ਮੈਂਬਰ ਨੇ ਸਰਪੰਚ ਗਰਮੇਲ ਸਿੰਘ ਜੀ ਪਿੰਡ ਮਨਸੂਰਵਾਲ ਉਹ ਸਾਡੇ ਨਾਲ ਮੌਜੂਦ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਤਾਜ਼ਾ ਹਾਲਾਤ ਕੀ ਇਸ ਜਿਹੜਾ ਇੱਥੇ ਮੋਰਚਾ ਲੱਗਾ ਹੋਇਆ ਜਿਹੜਾ ਭਗਵੰਤ ਮਾਨ ਜਿਹੜਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਵੱਲੋਂ ਇੱਕ ਬਿਆਨ ਆਉਂਦਾ ਕਿ ਇਹ ਫੈਕਟਰੀ ਅਸੀਂ ਬੰਦ ਕਰਾਂਗੇ ਉਸ ਤੋਂ ਬਾਅਦ ਇੰਜ ਲੱਗਦਾ ਸੀ ਜਿਵੇਂ ਕਿ ਇਹ ਧਰਨਾ ਚੱਕਿਆ ਜਾਊਗਾ ਜਾਂ ਮੰਨ ਲਓ ਕਿ ਜਿਹੜੇ ਕਿਸਾਨ ਮਜ਼ਦੂਰ ਇੱਥੇ ਜਿਹੜੀ ਕਮੇਟੀ ਉਹ ਧਰਨਾ ਚੱਕ ਲੂਗੀ ਲੇਕਿਨ ਇਸ ਤਰ੍ਹਾਂ ਨਹੀਂ ਹੋਇਆ ਕੀ ਕਾਰਨ ਰਹੇ ਆ ਕਿ ਕੀ ਕੀ ਪਾਕ ਨੇ ਜਥੇ ਕਮੇਟੀ ਵੱਲੋਂ ਖਰਚ ਮੜਾ ਮੜਾ ਤੇ ਆਪਾਂ ਗੱਲਬਾਤ ਕਰਾਂਗੇ ਸਾਰੀ ਕਿ ਹਾਂਜੀ ਸਰਪੰਚ ਸਾਹਿਬ ਤੁਹਾਡਾ ਚੈਨਲ ਤੇ ਸਵਾਗਤ ਹੈ ਕੀ ਕਹਿਣਾ ਚਾਹੋਗੇ ਤੁਸੀਂ ਪਹਿਲਾਂ ਤਾਂ ਤੁਹਾਡਾ ਤੁਹਾਡੇ ਚੈਨਲ ਦਾ ਸਾਡੀ ਧਰਤੀ ਸਾਡੇ ਲੋਕਾਂ ਤੱਕ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਧੰਨਵਾਦ ਅਸੀਂ ਇਥੋਂ ਪੰਜਾਬ ਦੀ ਧਰਤੀ ਪੰਜਾਬ ਦਾ ਪਾਣੀ ਪੰਜਾਬ ਦੀ ਹਵਾ ਬਚਾਉਣ ਵਾਸਤੇ 24 ਜੁਲਾਈ ਤੋਂ ਇਹ ਮੋਰ ਚਾਰੰਬਿਆ ਸੀਗਾ ਕਿਉਂਕਿ ਪੰਜਾਬ ਦਾ ਪਾਣੀ ਐ ਸ਼ਰਾਬ ਵਾਲੀ ਫੈਕਟਰੀ ਬਹੁਤ ਗੰਦਲਾ ਕਰਤਾ ਸੀਗਾ ਜਿਹੜੀ ਆਬੂ ਹਵਾ ਬਹੁਤ ਖਰਾਬ ਕਰਦੀ ਸੀ ਸਾਡੇ ਜਿਹੜੇ ਸਵਾ ਡੈਗਰੀ ਸਾਡੇ ਇਲਾਕੇ ਦੇ ਵਿੱਚ ਬਹੁਤ ਸਾਡਾ ਖੰਡ ਨਿਸ਼ਾਨ ਕਰ ਰਹੀ ਸੀ ਇਹ ਸਾਡੇ ਇਥੋਂ ਦੇ ਪ੍ਰਦੂਸ਼ਣ ਦੇ ਕਾਰਨ ਪਤਾ ਨਹੀਂ ਕਿੰਨੇ ਲੋਕ ਮਾਰੇ ਗਏ ਆ ਕਿੰਨੇ ਹਾ ਡੰਗਰ ਮਾਰੇ ਗਏ ਆ ਸਾਡੀਆਂ ਕਿੰਨੀਆਂ ਫਸਲਾਂ ਖਰਾਬ ਹੋਈਆਂ ਸੋ ਵਾਤਾਵਰਣ ਸੁਰਤਾ ਵਾਸਤੇ ਅਸੀਂ ਇਹ ਇਲਾਕੇ ਨੇ ਇਕੱਠੇ ਹੋ ਕੇ ਇੱਥੇ ਮੋਰਚਾ 24 ਜੁਲਾਈ ਤੋਂ ਗੁਰੂ ਮਹਾਰਜ ਚਰਨਾਂ ਦਾ ਅਦਾਹ ਕਰ ਲਾਇਆ ਸੀਗਾ ਕਿ ਜਿੰਨਾ ਚਿਰ ਇਹ ਜਿਹੜੇ ਫੈਕਟਰੀ ਆ ਥੱਲੇ ਪਾਣੀ ਗੰਦਾ ਪਾਣੀ ਪਾ ਰਹੇ ਆ ਬੰਦ ਨਹੀਂ ਹੋ ਜਾਂਦੀ ਉਹਨਾਂ ਚਾਰੇ ਮੋਰਚਾ ਜਾਰੀ ਰਹੂਗਾ ਉਸ ਤੋਂ ਬਾਅਦ 17 ਤਰੀਕ ਨੂੰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ 17 ਜਨਵਰੀ ਨੂੰ ਠੀਕ ਇਹ ਕੇ ਬਿਆਨ ਦਿੱਤਾ ਸੀਗਾ ਕਿ ਜੀਰਾ ਸ਼ਰਾਬ ਵਾਲੀ ਫੈਕਟਰੀ ਜਿਹੜੀ ਆ ਇਹ ਬੰਦ ਕਰ ਦਿੱਤੀ ਗਈ ਆ ਪਰ ਸਾਡੇ ਕੋਲੇ ਕੋਈ ਲਿਖਤੀ ਤੌਰ ਤੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਇਸ ਕਰਕੇ ਲੋਕਾਂ ਨੂੰ ਇਸ ਕਰਕੇ ਬਹਿਣਾ ਪੈ ਰਿਹਾ ਕਿ ਜਿੰਨਾ ਚਿਰ ਇਹ ਲੈਗਤੀ ਕਾਰਵਾਈ ਸਾਡੇ ਕੋਲ ਨਹੀਂ ਆਉਂਦੀ ਉਹਨਾਂ ਚਿਰ ਸਾਨੂੰ ਇੱਥੇ ਬਹਿਣਾ ਚਾਹੀਦਾ ਕਿਉਂਕਿ ਕੱਲ ਨੂੰ ਹਾਈ ਕੋਰਟ ਵਗੈਰਾ ਕੋਈ ਹੋਰ ਨਾ ਕਹਿ ਦੇਵੇ ਕਿ ਇਹ ਜਿਹੜੀ ਛਰਾਵਾਲੀ ਫੈਕਟਰੀ ਹੈ ਇਹ ਬੰਦ ਨਹੀਂ ਹੋਊਗੀ ਦੂਸਰੀ ਬੇਨਤੀ ਸਾਡੇ ਲੋਕਾਂ ਦੇ ਇਹ ਫਰਾਵਾਲੀ ਫੈਕਟਰੀ ਮੋਰਚਾ ਲੋਕਾਂ ਦਾ ਸਾਡੇ ਪਤਾ ਨਹੀਂ ਕਿੰਨਿਆ ਲੋਕਾਂ ਦੇ ਪਰਚੇ ਨਜਾਇਜ਼ ਹੋ ਗਏ ਆ ਉਹ ਰੱਦ ਕੀਤੇ ਜਾਣ ਸਾਡੀ ਤੀਸਰੀ ਬੇਨਤੀ ਆ ਸਾਡੀਆਂ ਜਿਹੜੇ ਜ਼ਮੀਨਾਂ ਉਹ ਵੀ ਸਰਕਾਰ ਨੇ ਹਾਈ ਕੋਰਟ ਨੂੰ ਅਟੈਚ ਕਰਤੀਆਂ ਕਿ ਇਹਨਾਂ ਨੇ ਜਿਹੜਾ ਮੋਰਚਾ ਲਾਇਆ ਹੈ ਗਲਤ ਲਾਇਆ ਵਿਆ ਇਹਨਾਂ ਦੇ ਜ਼ਮੀਨਾਂ ਜ਼ਬਤ ਕਰਕੇ ਮਲੋਤਰਨ ਦਿੱਤੀਆਂ ਜਾਣ ਸੋ ਅਸੀਂ ਇਹਨਾਂ ਤਿੰਨਾਂ ਜਿਹੜੇ ਪਹਿਲੂਆਂ ਤੇ ਇਹ ਮੋਰਚਾ ਤਾਂ ਹਟ ਲੱਗਾ ਹੋਇਆ ਕਿ ਸਾਡੀਆਂ ਜ਼ਮੀਨਾਂ ਵਾਪਸ ਕੀਤੀਆਂ ਜਾਣ ਸਾਡੇ ਜਿਹੜੇ ਪਰਚੇ ਰੱਦ ਕੀਤੇ ਜਾਣ ਅਤੇ ਜਿਹੜੀ ਸ਼ਰਾਬ ਵਾਲੀ ਫੈਕਟਰੀ ਆ ਪੂਰਨ ਤੌਰ ਤੇ ਬੰਦ ਕਰਕੇ ਇਹਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਸੋ ਤਾਂ ਸਾਡੀਆਂ ਸੰਗਤਾਂ ਇੱਥੇ ਬਹਿ ਕੇ ਉਸ ਜਿਹੜੇ ਐਲਾਨ ਦੀ ਡੀਲ ਕਰ ਰਹੀਆਂ ਲਿਖਤੀ ਤੌਰ ਤੇ ਜਿਹੜਾ ਸਾਨੂੰ ਮਿਲ ਜੇ ਕੋਈ ਨਾ ਕੁਸ ਤਾਂ ਅਸੀਂ ਇੱਥੇ ਮੋਰ ਚਾੜਾ ਉਸ ਤਰ੍ਹਾਂ ਚੱਲ ਰਿਹਾ ਹੈ ਸਪੈਂਸਰ ਜੀ ਬਿਲਕੁਲ ਤੁਸੀਂ ਠੀਕ ਗੱਲਬਾਤ ਕੀਤੀ ਹੈ ਕਿ ਕਿਉਂਕਿ ਆਪਾਂ ਜਿਹੜਾ ਦਿੱਲੀ ਦੇ ਵਿੱਚ ਆਪਾਂ ਜਿਹੜਾ ਦਿੱਲੀ ਦੇ ਬਾਰਡਰਾਂ ਤੇ ਧਰਨੇ ਲੱਗੇ ਸੀਗੇ ਹਾਂਜੀ ਉਥੋਂ ਜਿਹੜਾ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀਗਾ ਹਾਲਾਂਕਿ ਉਥੇ ਲਿਖਤੀ ਵੀ ਦਿੱਤਾ ਸੀਗਾ ਤੇ ਤੁਹਾਡੀ ਗੱਲ ਠੀਕ ਹੈ ਕਿ ਜਿੰਨਾ ਚਿਰ ਆਪਾਂ ਨੂੰ ਮਿਲ ਨਹੀਂ ਜਾਂਦਾ ਤੁਹਾਡੀਆਂ ਪ੍ਰਾਪਰਟੀਆਂ ਵੀ ਅਟੈਚ ਕਰਨ ਦੀ ਗੱਲ ਕੋਈ 20 ਕਰੋੜ ਰੁਪਏ ਜੁਰਮਾਨਾ ਵੀ ਜਿਹੜਾ ਦੀਮਲੋਤਰੇ ਨੇ ਜਿਹੜਾ ਕੀਤਾ ਸੀ ਹਾਈ ਕੋਰਟ ਦੇ ਰਾਹੀਂ ਉਹ ਹਾਲਾਂਕਿ ਬਕਾਇਦਾ ਜਿਹੜਾ ਪੰਜਾਬ ਸਰਕਾਰ ਨੇ ਦੇਵ ਦਿੱਤਾ ਹੈ ਤੁਹਾਡੀ ਗੱਲ ਠੀਕ ਹੈ ਵੀ ਸਾਰੀਆਂ ਮੰਗਾਂ ਜਿੰਨਾਂ ਚ ਸਾਡੇ ਕੋਲੇ ਲਿਖਤੀ ਨਹੀਂ ਆ ਜਾਂਦੀਆਂ ਤੇ ਉਹਨਾਂ ਚ ਰਸੀਂ ਕਿਉਂਕਿ ਉਹ ਤੁਹਾਡੇ ਤੇ ਪਰਚੇ ਹੋਏ ਆ ਪਰਚਿਆਂ ਦਾ ਵੀ ਡਾਰੇ ਹਾਈ ਕੋਰਟ ਵੀ ਆ ਸਕਦੀ ਏ ਪੰਜਾਬ ਸਰਕਾਰ ਵੀ ਤੁਹਾਡੇ ਤੇ ਵੀ ਐਕਸ਼ਨ ਲੈ ਸਕਦੀ ਏ ਤੋ ਇਹਦੇ ਬਾਰੇ ਠੀਕ ਹੈ ਤੁਸੀਂ ਕਹਿ ਰਹੇ ਵੀ ਵਧੀਆ ਗੱਲ ਹੈ ਜੀ ਮਤਲਬ ਜੋ ਵੀ ਗੱਲਬਾਤ ਕਰ ਰਹੇ ਤੁਸੀਂ ਅਸੀਂ ਕਹਿੰਦੇ ਜਿਹੜਾ 20 ਕਰੋੜ ਰੁਪਇਆ ਸਰਕਾਰ ਨੇ ਦੀ ਮਲੋਤਰੇ ਨੂੰ ਭਰਿਆ ਇਹ ਦੀ ਮਲੋਤਰੇ ਦੀ ਗਲਤੀ ਨਾ ਸਰਕਾਰ ਨੇ ਭਰਿਆ ਇਹ 20 ਕਰੋੜ ਰੁਪਇਆ ਜਿੰਨਾਂ ਲੋਕਾਂ ਦੇ ਜਾਨਾਂ ਗਏ ਇੱਥੇ ਜਿੰਨਾਂ ਲੋਕਾਂ ਦੇ ਨੁਕਸਾਨ ਹੋਏ ਇੱਥੇ ਤੇ ਜਿਨ੍ਹਾਂ ਦੇ ਜਿਹੜੇ ਪੈੜੀਆਂ ਬੰਜਰ ਬਣੀਆਂ ਇੱਥੇ ਉਹਨਾਂ ਲੋਕਾਂ ਨੂੰ ਜਿਹੜਾ 20 ਕਰੋੜ ਰੁਪਈਆ ਉਹਨਾਂ 'ਚ ਵੰਡਣਾ ਚਾਹੀਦਾ। ਦੂਸਰੀ ਸਾਡੀ ਬੇਨਤੀ ਆ ਸਾਡੇ ਜਿਹੜਾ ਏੜਲਾ ਪਾਣੀ ਬਹੁਤ ਖਰਾਬ ਹੋ ਗਿਆ। ਅਸੀਂ ਨਹਿਰੀ ਪਾਣੀ ਦਿੱਤਾ ਜਾਵੇ। ਇੱਕ ਸਾਡੇ ਇੱਥੇ ਕੋਈ ਚੰਗਾ ਹਸਪਤਾਲ ਖੋਲ੍ਹਿਆ ਜਾਵੇ ਕਿਉਂਕਿ ਸਾਡੇ ਲੋਕ ਪਿੰਡਾਂ ਦੇ ਲੋਕ ਇੱਥੇ ਬਹੁਤ ਕੈਂਸਰ ਨਾਲ ਪਏ ਆ, ਗੁਰਦੇ ਮਾਰੀਆਂ ਨਾਲ ਪਏ ਆ, ਸਾਡੇ ਬਹੁਤ ਲੋਕਾਂ ਨੂੰ ਚਮੜੀ ਦੀਆਂ ਮਾਰੀਆਂ ਹੋਈਆਂ ਵਈਆਂ। ਸੋ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕੋਈ ਚੰਗਾ ਸਾਾਨੂੰ ਇੱਕ ਹਸਪਤਾਲ ਨੂੰ ਦਿੱਤਾ ਜਾਵੇ। ਸਰਪੰਚ ਸਾਹਿਬ ਜੀ ਤੁਸੀਂ ਆਪਾਂ ਗੱਲ ਕਰ ਰਹੇ ਸੀ ਵੀ ਜਿਹੜਾ ਆਪਣੇ ਮੁੱਖ ਮੰਤਰੀ ਪੰਜਾਬ ਦੇ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਦਾ ਵੀ ਉਹਨਾਂ ਲੋ ਬਿਆਨ ਆਉਂਦਾ ਉਸ ਤੋਂ ਬਾਅਦ ਕੋਈ ਨੋਟੀਫਿਕੇਸ਼ਨ ਆਉਂਦਾ ਤੁਹਾਨੂੰ ਕੋਈ ਤੁਹਾਡੇ ਨਾਲ ਕੋਈ ਮੀਟਿੰਗ ਕੀਤੀ ਜਾਂਦੀ ਹੈ ਜਾਂ ਤੁਹਾਡੇ ਅੱਗੇ ਸਾਹਮਣੇ ਕੋਈ ਗੱਲਬਾਤ ਕੀਤੀ ਜਾਂਦੀ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਸਾਡੇ ਕੋਲ ਕੋਈ ਨੋਟੀਫਿਕੇਸ਼ਨ ਆ ਰਹੀ ਨਹੀਂ ਹੈ ਤਾਂ ਹੀ ਬੈਠੇ ਅਸੀਂ ਸਾਨੂੰ ਡੀ ਕਰ ਰਹੇ ਹਾਂ ਕੋਈ ਸਰਕਾਰ ਨੋਟੀਫਿਕੇਸ਼ਨ ਜਾਰੀ ਕਰੇ ਅਸੀਂ ਇੱਥੇ ਆਪਦੇ ਘਰੋਂ ਜਾਈਏ ਕਿਉਂਕਿ ਲੋਕਾਂ ਨੂੰ ਬੈਠਿਆਂ ਨੂੰ 6.5 ਮਿੰਟ ਟਾਈਮ ਉੱਤੇ ਹੋ ਗਿਆ ਬਹਿਣਾ ਬਹੁਤ ਔਖਾ ਘਰ ਦੇ ਕੰਮ ਛੱਡੇ ਹੋਏ ਆ ਲੋਕਾਂ ਕਿੰਨੇ ਲੋਕ ਜਿਹੜੇ ਦੂਰ ਦੂਰੋਂ ਆਤ ਆ ਰਹੇ ਆ ਮੇਰੇ ਵੀਰ ਸੰਗਰੂਰ ਤੋਂ ਆਏ ਆ ਬਠਿੰਡੇ ਤੋਂ ਆਏ ਆ ਸਾਰੇ ਪਾਣੀ ਦੀ ਸੋਤਾ ਵਾਸਤੇ ਆਏ ਆ ਸਾਡਾ ਪਾਣੀ ਪੰਜਾਬ ਦਾ ਵਾਜੇ ਇਹ ਲੋਕ ਜਿਹੜੇ ਦੂਰ ਦੂਰੋਂ ਆ ਰਹੇ ਆ ਇਹੜਾ ਪਾਣੀ ਜੜ ਪੰਜਾਬ ਦਾ ਖਰਾਬ ਨਾ ਹੋਵੇ ਸਰਪੰਚ ਸਾਹਿਬ ਜੀ ਜੇਕਰ ਆਪਾਂ ਗੱਲ ਕਰੀਏ ਕੱਲ ਨੂੰ ਤੁਸੀਂ ਸਾਂਝਾ ਮੋਰਚਾ ਜੀਰੇ ਦੇ ਜਿਹੜੇ ਵੱਖ-ਵੱਖੇੜੇ ਨੁਕਸਾਨ ਆ ਗੂ ਉਹਨਾਂ ਦੀ ਮੀਟਿੰਗ ਰੱਖੀ ਉਸਤੇ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਉਹ ਇਹ ਵਿਚਾਰਾ ਕਰ ਲਿਆ ਕਿ ਹੁਣ ਆਪਾਂ ਕੀ ਅਗਲਾ ਪ੍ਰੋਗਰਾਮ ਕੀ ਕਰਨਾ ਕਿਉਂਕਿ 17 ਜਨਵਰੀ ਨੂੰ ਕਿੰਨਾ ਚਾਰ ਹੋ ਚਲ ਰਿਹਾ ਸਾਨੂੰ ਜੋ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਕਿ ਅੱਗੇ ਅਸੀਂ ਕੱਲ ਨੂੰ ਸਾਰੇ ਸੂਬਾ ਪ੍ਰਧਾਨ ਜਥੇਬੰਦੀਆਂ ਦੇ ਧਾਰਮ ਜਥੇਬੰਦੀਆਂ ਦੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਦੇ ਸੂਬਾ ਪ੍ਰਧਾਨ ਨੂੰ ਬੇਨਤੀ ਕੀਤੀ ਆ ਕਿ ਬਹਿ ਕੇ ਆਪਾਂ ਵਿਚਾਰ ਕਰੀਏ ਕਿ ਅੱਗੇ ਆਪਾਂ ਕੀ ਕਰਨਾ ਸੋ ਸਰਪੰਚ ਸਾਹਿਬ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਸਾਡੇ ਚੈਨਲ ਦੇ ਨਾਲ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਆਸ ਵੀ ਕਰਾਂਗੇ ਸਰਕਾਰ ਔਰ ਇੱਥੇ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਬੇਨਤੀ ਵੀ ਕਰਾਂਗੇ ਕਿ ਇਥੋਂ ਦੇ ਜਿਹੜੇ ਲੋਕ ਨੇ ਉਹ ਠੀਕ ਹੈ ਕਿ ਪਾਣੀ ਇੱਥੋਂ ਸਾਡੇ ਆਪਣੇ ਜਿਹੜੇ ਪਾਣੀ ਹੈ ਉਹ ਬਹੁਤ ਖਰਾਬ ਹੋ ਰਿਹਾ ਲਗਾਤਾਰ ਤੁਸੀਂ ਆਪਾਂ ਗੱਲਬਾਤ ਵੀ ਕੀਤੀ ਇੱਕ ਕਿਹੜ ਜਿਹੜਾ ਫੋਟ ਇੱਥੇ ਜ਼ਮੀਨ ਦੇ ਵਿੱਚ ਜਿਹੜਾ ਉਹ ਬੋਰ ਕੀਤੇ ਗਏ ਆ ਸਾਡੇ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਸਾਡੇ ਮਤਲਬ ਕਿ ਵਾਤਾਵਰਣ ਦਾ ਸਾਡੇ ਪਾਣੀ ਦਾ ਨੁਕਸਾਨ ਹੋ ਰਿਹਾ ਵੱਡੇ ਪੱਤਰ ਤੇ ਆਪਾਂ ਦੇਖਿਆ ਵੀ ਸਾਡੇ ਜਿਹੜੇ ਕਿਸਾਨ ਇੱਥੇ ਨੇੜਲੇ ਪਿੰਡਾਂ ਦੇ ਉਹਨਾਂ ਦਾ ਬਹੁਤ ਵੱਡੇ ਪੱਤਰ ਤੇ ਉਹਨਾਂ ਦਾ ਗੁਰਦਿਆਂ ਦੀ ਤੁਸੀਂ ਬਿਮਾਰੀਆਂ ਦੀ ਗੱਲ ਕੀਤੀ ਹੈ ਜਾਂ ਮਤਲਬ ਕਿ ਉਹਨਾਂ ਦੇ ਬਹੁਤ ਵੱਡੀਆਂ ਲਾਲ ਆ ਜਿਹੜੀਆਂ ਬਿਮਾਰੀਆਂ ਹੋਈਆਂ ਨੇ ਤੇ ਤੁਸੀਂ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਜਿਹੜੇ ਕਿਸਾਨ ਨੇ ਕਿਸਾਨ ਜੱਥੇਬੰਦੀਆਂ ਜਿੱਥੇ ਲੋਕਲ ਜਿਹੜੇ ਹੋਰ ਵੀ ਸਾਡੀਆਂ ਬੀਬੀਆਂ ਵੱਡੇ ਵੱਡੇ ਪੱਧਰ ਤੇ ਸਾਥ ਦੇ ਰਹੀਆਂ ਸਾਡੀਆਂ ਭੈਣ ਬਹੁਤ ਸਾਥਤਾ ਹੈ ਤੇ ਸਾਡੇ ਪੰਜਾਬ ਦੇ ਲੋਕਾਂ ਨੇ ਸਾਰੇ ਸਾਰੇ ਪੰਜਾਬ ਤੋਂ ਜੱਥੇਬੰਦੀਆਂ ਨੇ ਕਿਸਾਨ ਜੱਥੇਬੰਦੀਆਂ ਨੇ ਬਹੁਤ ਸਾਥਤਾ ਆ ਕੇ ਅਸੀਂ ਬੇਨਤੀ ਸਰਕਾਰ ਨੂੰ ਕਰਦੇ ਆ ਕਿ ਛੇ ਤੋਂ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਜਿਹੜੇ ਲੋਕ ਇੱਥੇ ਬੈਠੇ ਚਾਰੇ ਘਰਾਂ ਨੂੰ ਜਾ ਸਕਣ ਤੇ ਪਾਣ ਪੰਜਾਬ ਦਾ ਪਾਣੀ ਬਾਜੇ ਪੰਜਾਬ ਦੀ ਆਬ ਹਵਾ ਵਾਜੇ ਅਤੇ ਗਾਂਵਾਂ ਵਾਸਤੇ ਹੋਰ ਜਿਹੜੀ ਫੈਕਟਰੀ ਥੱਲੇ ਪਾਣੀ ਗੰਦਾ ਪਾਉਣ ਜੁਰਤ ਨਾ ਕਰੇ ਸੋ ਸਰਪੰਚ ਸਾਹਿਬ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾਬ ਸਾਹਿਬ ਵਾਹਿਗੁਰੂ ਜੀ ਠੀਕ